कौमी अते पंजाब कानूनी सेवावां अथार्टी दे निर्देशां तहत जिला कचहरी जलंधर फिलौर ते नकोदर विच कौमी लोक अदालत अज लगाई गई। इस दौरान जिला सैशन जज कम चेयरमैन जिला कानूनी सेवावां अथार्टी जलंधर रुपिंदर जीत चाहल ने दस्या के लोक अदालत लगाउण दा मुख मकसद लोकां नूं जल्द तो जल्द इंसाफ देना है। उन्हें कहा कि कुल जलंधर जिले च 18 बेंच लगाए गए ने जिन्हां विच 5000 केसां दी सुनवाई की गई है। उन्हें कहा कि इस विच जमीनी विवाद, घरेलू झगड़े, व्यवहारिक विवाद, बैंकिंग ते बिजली मामले ते होरना केसां दा निपटारा किया गया। ਭੋਗ ਤੇ ਆਏ ਸੀਗੇ ਉਸ ਟਾਈਮ ਤਾਂ ਸਾਰੇ ਬੋਲ ਕੇ ਗਏ ਸੀ ਕਿ ਜੋਬ ਦਾ ਹੀ ਬਹੁਤ ਜਲਦੀ ਕੰਮ ਹੋ ਜਾਏਗਾ। ਕਦੀ ਕਹਿੰਦੇ ਨੇ ਕਿ ਸਾਨੂੰ ਪਰੂਫ ਲਿਆ ਕੇ ਦਿਖਾਓ ਕਿ ਹਾਂ ਕਰੋਨਾ ਨਾਲ ਹੀ ਡੈਥ ਹੋਈ ਸੀ। ਅਸੀਂ ਝੂਠ ਥੋੜ੍ਹੀ ਬੋਲਾਂਗੇ ਕਿ ਕਰੋਨਾ ਨਾਲ ਨਹੀਂ ਹੋਈ ਸੀ। ਸਾਡੇ ਘਰ ਦੀ ਹਾਲਤ ਵੀ ਠੀਕ ਨਹੀਂ ਹੈ। ਸਾਡੇ ਘਰ 'ਚ ਸਿਰਫ ਮੇਰੇ ਹਸਬੈਂਡ ਹੀ ਸੀ ਜੋ ਜੋਬ ਕਰਦੇ ਸੀ। ਹੁਣ 8-9 ਮਹੀਨੇ ਹੋ ਗਏ ਮੈਨੇ, ਕੋਈ ਵੀ ਇਨਕਮ ਦਾ ਸਾਧਨ ਨਹੀਂ ਹੈ ਹੁਣ ਸਾਡੇ ਕੋਲ। ਮੁੱਖ ਮੰਤਰੀ ਦੇ ਸੁਰੱਖਿਆ ਦਸਤੇ ਦਾ ਸਿਪਾਹੀ, ਮਾਂ ਬਾਪ, ਪਤਨੀ ਤੇ ਬੱਚਿਆਂ ਦਾ ਇੱਕ ਮਾਤਰ ਸਹਾਰਾ ਇਕਲੌਤਾ ਕਮਾਊ ਪੁੱਤ ਸੀ ਸ਼ਹੀਦ ਜਸਪਾਲ ਸਿੰਘ, ਜੋ ਕਿ ਆਪਣਾ ਫਰਜ਼ ਨਿਭਾਉਂਦਿਆਂ ਕੋਰੋਨਾ ਦੇ ਕਾਰਨ ਸ਼ਹੀਦ ਹੋ ਗਿਆ। ਕੀ ਅਜੇ ਵੀ ਇਹ ਪਰਿਵਾਰ ਤਰਸ ਦੇ ਆਧਾਰ ਤੇ ਨੌਕਰੀ ਦੇ ਲਾਇਕ ਨਹੀਂ? ਅਮੀਰ ਮੰਤਰੀਆਂ ਦੇ ਇਹ ਬੱਚੇ, ਮਹਿੰਗੀਆਂ ਗੱਡੀਆਂ ਤੇ ਕਰੋੜਾਂ ਦੀ ਸੰਪਤੀ ਦੇ ਮਾਲਕ, ਕੀ ਇਹ ਲੋਕ ਸੱਚਮੁੱਚ ਤਰਸ ਦੇ ਪਾਤਰ ਨੇ? ਪੰਜਾਬ ਮੰਗ ਦਾ ਜਵਾਬ। ਅੱਜ ਦੱਸਣਾ ਜਿਹੜਾ ਇੱਕ ਨੈਸ਼ਨਲ ਲੋਕ ਅਦਾਲਤ ਸੀਗੀ, ਆਪਣੇ ਜ਼ਿਲ੍ਹਾ ਜਲੰਧਰ ਵਿੱਚ ਕਿੰਨੇ ਕੁ ਬੈਂਚ ਸੀਗੇ ਔਰ ਕਿਹੜੇ ਕਿਹੜੇ ਕੇਸਿਸ 'ਚ ਲਿਖ ਸੀਗੇ ਜਿਹਨਾਂ ਦੀ ਅਸੀਂ? ਹਾਂਜੀ, ਬੈਂਚਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਅੱਜ ਮਿਤੀ 10/7/2021 ਨੂੰ ਕੌਮੀ ਕਾਨੂੰਨੀ ਸੇਵਾ ਅਥਾਰਟੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਮੁਤਾਬਿਕ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਵੱਲੋਂ ਅੱਜ ਕੌਮੀ ਲੋਕ ਅਦਾਲਤ ਦਾ ਆਯੋਜਨ ਜੁਡੀਸ਼ੀਅਲ ਅਦਾਲਤਾਂ ਵਿੱਚ ਚੱਲਦੇ ਦੀਵਾਨੀ, ਵਿਵਾਹਿਕ ਝਗੜੇ, ਮੋਟਰ ਦੁਰਘਟਨਾ, ਬਿਜਲੀ ਕਾਨੂੰਨ ਅਤੇ ਕੰਪਾਊਂਡੇਬਲ ਕੇਸਿਸ, ਟ੍ਰੈਫਿਕ ਚਲਾਨ ਅਤੇ ਹੋਰ ਸਮਝੌਤਾ ਹੋ ਜਾਣ ਵਾਲੇ ਕੇਸਾਂ ਨੂੰ ਟੇਕਅਪ ਕੀਤਾ ਗਿਆ ਹੈ। ਇਹਦੇ ਵਿੱਚ ਅਸੀਂ ਬੈਂਕਾਂ ਦੇ ਕੇਸਿਸ, ਬਿਜਲੀ ਵਿਭਾਗ, ਭਾਰਤ ਸੰਚਾਰ ਨਿਗਮ ਅਤੇ ਵਿੱਤੀ ਸੰਸਥਾਵਾਂ ਦੇ ਕੇਸਾਂ ਦਾ ਵੀ ਰਾਜ਼ੀਨਾਮਾ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜ਼ਿਲ੍ਹਾ ਜਲੰਧਰ ਵਿੱਚ ਅਸੀਂ 15 ਬੈਂਚ ਲਗਾਏ ਨੇ, ਨਕੋਦਰ ਵਿੱਚ 2, ਫਿਲੌਰ ਵਿੱਚ 1 ਅਤੇ ਕੁੱਲ 18 ਬੈਂਚ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਲਗਭਗ 5000 ਦੇ ਕਰੀਬ ਕੇਸਿਸ ਟੇਕਅਪ ਕੀਤੇ ਜਾ ਰਹੇ ਹਨ। ਅਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਵੱਧ ਤੋਂ ਵੱਧ ਕੇਸਿਸ ਇਹਦੇ ਵਿੱਚ ਸਮਝੌਤੇ ਰਾਹੀਂ ਡਿਸਪੋਜ਼ ਆਫ ਕਰ ਸਕੀਏ, ਹੈ ਨਾ ਜੀ ਮੈਮ? ਅਤੇ ਮੈਮ, ਮੈਕਸੀਮਮ ਕੇਸਿਸ ਅੱਜ ਇਹਨਾਂ ਵਿੱਚ ਕਿਹੜੀ ਕੈਟਾਗਰੀ ਦੇ ਸੀਗੇ? ਅਸੀਂ ਇਹਦੇ 'ਚ ਕਾਫੀ ਬਿਜਲੀ ਵਿਭਾਗ ਨਾਲ ਸੰਬੰਧਿਤ ਕਾਫੀ ਕੇਸਿਸ ਸੀਗੇ, ਫਿਰ ਮੈਟਰੀਮੋਨੀਅਲ ਕੇਸਿਸ ਕਾਫੀ ਸੀਗੇ, ਐਂਡ 138 ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦੇ ਕੇਸਿਸ ਸੀ। ਅਸੀਂ ਹਰ ਇੱਕ ਕੈਟੇਗਰੀ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਹਰ ਇੱਕ ਕੋਰਟ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਜਿੰਨੇ ਵੀ ਕੇਸਿਸ ਦਾ ਸਮਝੌਤੇ ਰਾਹੀਂ ਨਿਪਟਾਰਾ ਹੋ ਸਕੇ ਉਹਨਾਂ ਨੂੰ ਅੱਜ ਅਸੀਂ ਟੇਕਅਪ ਕੀਤਾ ਹੈਗਾ। ਹਾਂਜੀ, ਉਤੇ ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਵੀ ਕਾਨੂੰਨੀ ਸੇਵਾ ਅਥਾਰਟੀ ਵੱਲੋਂ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕੁੱਲ 2324 ਵਿੱਚੋਂ 2000 ਕੇਸਾਂ ਦਾ ਨਿਬੇੜਾ ਕੀਤਾ ਗਿਆ। ਪੰਜਾਬ ਲੀਗਲ ਸਰਵਿਸ ਅਥਾਰਟੀ ਤੇ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੀ ਡਾਇਰੈਕਸ਼ਨ ਦੇ ਵਿੱਚ ਫਤਿਹਗੜ੍ਹ ਸਾਹਿਬ ਸੈਸ਼ਨ ਡਿਵੀਜ਼ਨ ਦੇ ਵਿੱਚ ਨੈਸ਼ਨਲ ਲੋਕ ਅਦਾਲਤ ਲਗਾਈ ਗਈ, ਜਿਹਦੇ ਵਿੱਚ ਅਸੀਂ ਮੋਟਰ ਐਕਸੀਡੈਂਟ ਕਲੇਮ ਕੇਸਿਸ, 138 ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਕੇਸਿਸ, ਸਿਵਲ ਕੇਸਿਸ, ਕ੍ਰਿਮੀਨਲ ਕੰਪਾਊਂਡੇਬਲ ਕੇਸਿਸ ਅਸੀਂ ਟੇਕਅਪ ਕੀਤੇ ਔਰ ਜਿਹੜੇ ਕੇਸਿਸ ਦੇ ਵਿੱਚ ਸਮਝੌਤਾ ਹੋਇਆ ਉਹ ਸਾਰੇ ਕੇਸ ਅੱਜ ਡਿਸਾਈਡ ਹੋ ਗਏ। ਤਕਰੀਬਨ ਸੈਸ਼ਨ ਡਿਵੀਜ਼ਨ ਵਿੱਚ 1400 ਤੋਂ ਉੱਪਰ ਕੇਸਾਂ ਦੇ ਸਮਝੌਤੇ ਹੋਏ ਔਰ ਉਹ ਸਾਰੇ ਡਿਸਪੋਜ਼ ਆਫ ਹੋ ਗਏ ਔਰ ਕੋਈ 3 ਕਰੋੜ ਅਪਰੋਕਸੀਮੇਟਲੀ ਅਮਾਊਂਟ ਅਵਾਰਡ ਹੋਈ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਕੇਸਿਸ ਦੇ ਵਿੱਚ। ਇਹ ਕੇਸਿਸ ਦਾ ਡਿਸਪੋਜ਼ਲ ਦਾ ਸਭ ਤੋਂ ਜ਼ਿਆਦਾ ਫਾਇਦਾ ਹੈ ਕਿ ਇਹਨਾਂ ਦੇ ਵਿੱਚ ਹੁਣ ਕੋਈ ਅਪੀਲ ਨਹੀਂ ਹੋਣੀ ਔਰ ਇਹ ਫਾਈਨਲੀ ਡਿਸਾਈਡ ਹੋ ਗਏ। ਅੱਜ ਸਾਡੇ ਇੱਥੇ ਸੈਸ਼ਨ ਡਿਵੀਜ਼ਨ ਦੇ ਵਿੱਚ 15 ਸਾਲ ਪੁਰਾਣੀ ਇੱਕ ਐਗਜੀਕਿਊਸ਼ਨ ਸੀ,
पोजैशन के रिगार्डिंग से वह भी एमीकेबली सैटल हो गई और डिग्री होल्डर पोजैशन दे दिता गया। इस तो अलावा होर भी जेडे पब्लिक यूटिलिटी सर्विस परमानेंट लोक अदालत ने भी कोई तकरीबन 400 केस डिस्पोज ऑफ किया क्योंकि पार्टीज का कॉम्प्रोमाइज हो गया। पूरे जिले के ने या फिर परमानेंट लोक अदालत के केसिस भी पूरे जिले के केसिस ने ते जेडे लीगल सैशन डिवीजन के जेडे केसिस ने वो खमाणो ते अमलो दे इनकलूडेड केसिस ने। देश दुनिया दीयां ताज़ा खबरां दे लई हुणे प्ले स्टोर तों डाउनलोड करो पंजाब दी आवाज़ अजीत न्यूज़ ऐप। हुण तुहाडा अपना अजीत हर सोशल मीडिया प्लेटफार्म दे उत्ते उपलब्ध है। फेसबुक दे उत्ते हुणे लाइक ते फॉलो करो अजीत दा ऑफिशियल पेज डेली अजीत ते हाँ नाल ही दोस्तां नूं पेज लाइक करन दे लई इनवाइट करना ना भुलना। इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इन्ना ही नहीं अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल तुहाडी अपनी आवाज़ पंजाब दी आवाज़ अजीत।